ਹਰਿਆਣਾ ਦੇ ਮੋਤੀ ਨਗਰ ਘਰਾਂ ਵਿੱਚ ਉਸ ਵੇਲੇ ਹਾਹਾਕਾਰ ਮਚ ਗਿਆ ਜਦੋਂ ਜਗਦੰਬੇ ਨਿਟਵੇਅਰ ਦੀ ਫੈਕਟਰੀ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਹਾਲਾਂਕਿ ਇਸ ਅੱਗਜਣੀ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਫੈਕਟਰੀ ਵਿੱਚ ਲੱਗੀਆਂ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਸਣੇ ਸਾਰਾ ਸਟਾਕ ਸੜ ਕੇ ਸਵਾਹ ਹੋ ਗਿਆ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਕਿ ਇਸ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਹੇਠਾਂ ਤੱਕ ਲਟਕਦੀਆਂ ਤਾਰਾਂ ਨੇ, ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ ਤੇ ਸਾਰੀ ਫੈਕਟਰੀ ਬਰਬਾਦ ਹੋ ਗਈ। ਅੱਗ ਲੱਗੀ ਹੈ, ਕਿੱਦਾਂ ਲੱਗੀ ਤੇ ਕਿੱਦਾਂ ਪਤਾ ਲੱਗਿਆ ਤੁਹਾਨੂੰ? ਇਹ ਤਾਂ ਲੇਬਰ ਅੰਦਰ ਕੰਮ ਕਰ ਰਹੀ ਸੀ, ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ, ਥੋੜ੍ਹੀ ਜਿਹੀ ਅੱਗ ਉਹਨਾਂ ਨੂੰ ਦਿਖੀ, ਭੱਜੇ ਫਟਾਫਟ ਬੁਝਾਉਣ ਦੀ ਕੋਸ਼ਿਸ਼ ਕੀਤੀ ਸਾਰੀਆਂ ਫੈਕਟਰੀਆਂ ਤੋਂ। ਅਸੀਂ ਆਲੇ ਦੁਆਲੇ ਬਹੁਤ ਸਾਰੇ ਸਿਲੰਡਰ, ਅਸੀਂ 10-15 ਸਿਲੰਡਰ ਇੱਕਦਮ ਲੈ ਕੇ ਪਹੁੰਚੇ ਹਾਂ, ਅਸੀਂ ਸਾਰੇ ਉਹਦੇ ਉੱਤੇ ਖਾਲੀ ਕੀਤੇ ਹਾਂ, ਪਰ ਲੇਕਿਨ ਟੀ ਸ਼ਰਟ ਬਣਦੀ ਸੀ ਉਹਦੇ 'ਚ ਪਲਿਸਟਰ ਫੈਬਰਿਕ ਪਿਆ ਸੀ, ਉਹਨੂੰ ਅੱਗ ਫੜਦੀ ਚਲੀ ਗਈ ਅੱਗੇ ਵਧੀ ਗਈ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ, ਨਹੀਂ ਕਿਸੇ ਨੂੰ ਸੱਟ ਫੇਟ ਨਹੀਂ ਲੱਗੀ। ਹਾਂਜੀ ਹਾਂ, ਪਹਿਲੀ ਗੱਡੀ ਨੂੰ ਥੋੜ੍ਹਾ ਜਿਹਾ ਟਾਈਮ ਸੀਗਾ, ਬਿਲਕੁਲ ਟਾਈਮ 'ਤੇ ਆ ਗਏ ਸੀ ਅੱਜ। ਇਹ ਅੰਦਾਜ਼ਾ ਜੀ 6 ਵਜੇ ਦੇ ਆਸ ਪਾਸ ਲੱਗੀ ਹੈ ਜੀ। ਕੋਈ ਦਿੱਕਤ ਇਹ ਸੀ, ਬਿਜਲੀ ਦੇ ਤਾਰਾਂ ਨੀਵੀਆਂ ਹੋਣ ਕਰਕੇ ਫਾਇਰ ਟੈਂਡਰ ਅੱਗੇ ਤੱਕ ਨਹੀਂ ਆ ਪਾਏ, ਅਸੀਂ ਪੌੜੀ ਨਹੀਂ ਲੱਗ ਪਾਈ ਉੱਥੇ ਸਾਡੇ ਕੋਲ। ਅਸੀਂ ਇਹਨਾਂ ਨੂੰ ਬਿਜਲੀ ਬੋਰਡ ਨੂੰ ਕਈ ਵਾਰ ਅਸੀਂ ਰਿਕੁਐਸਟ ਕੀਤੀ ਹੋਈ ਸੀਗੀ ਕਿ, ਔਰ ਸਾਡਾ ਐਸਟੀਮੇਟ ਪਾਸ ਹੋਇਆ ਹੋਇਆ, ਅੰਦਾਜ਼ਾ 8 ਮਹੀਨੇ ਦੇ ਕਰੀਬ ਹੋ ਗਏ ਹੋਏ ਹਾਂ, ਪਰ ਲੇਕਿਨ ਇਹ ਖੰਭੇ ਚੇਂਜ ਹੋਣੇ ਸੀ, ਤਾਰਾਂ ਉੱਚੀਆਂ ਹੋਣੇ ਸੀ, ਨਹੀਂ ਹੋ ਗਈਆਂ, ਉਸ ਕਰਕੇ ਫਾਇਰ ਟੈਂਡਰ ਅੱਗੇ ਤੱਕ ਨਹੀਂ ਆ ਪਾਏ। ਇੱਦਾਂ ਜੀ, ਜਿੰਨਾ ਸਟਾਕ ਸੀਗਾ ਸਾਰੇ ਦਾ ਸਾਰਾ ਖਤਮ ਹੋ ਗਿਆ, ਕੋਈ ਮਸ਼ੀਨ ਨਹੀਂ ਬਚੀ, ਕੋਈ ਸਟਾਕ ਦੇ ਵਿੱਚੋਂ ਦੀ ਕੋਈ ਧਾਗਾ ਨਹੀਂ ਬਚਿਆ। ਲੱਖਾਂ ਦਾ ਜੀ, ਕਰੋੜ ਦੇ ਆਸ ਪਾਸ ਦਾ ਨੁਕਸਾਨ ਹੋ ਸਕਦਾ। ਉੱਥੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ, ਪਰ ਤਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ। ਸਾਨੂੰ 6:25 ਤੇ ਟੈਲੀਫੋਨ ਆਇਆ ਸੀਗਾ ਕਿ ਮੋਤੀ ਨਗਰ ਦੇ ਵਿੱਚ ਨਹਿਰੂ ਕਲੋਨੀ ਦੇ ਵਿੱਚ ਅੱਗ ਲੱਗੀ, ਅਸੀਂ 4 ਗੱਡੀਆਂ ਲੈ ਕੇ ਇੱਥੇ ਆਏ ਹਾਂ ਅਤੇ ਅੱਗ 'ਤੇ ਕਾਬੂ ਪਾਇਆ। ਇਹ ਜਿਹੜੀ ਅੱਗ ਹੈਗੀ ਆ ਜਗਦੰਬੇ ਨਿਟ ਫੈਬ ਦੇ ਵਿੱਚ ਸੀਗੀ। ਹਾਂਜੀ, ਕਾਬੂ ਪਾ ਲਿਆ। ਗੱਡੀਆਂ 5 ਗੱਡੀਆਂ ਲੱਗ ਗਈ, ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੈ। ਨਿਟਵੇਅਰ।